प्लस एंटरटेनमेंट के नए नए वीडियोस देखने के लिए प्लस एंटरटेनमेंट का यूट्यूब चैनल सब्सक्राइब करें और बेल आइकन दबाना ना भूलें। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਤਿੰਦਰ ਸੱਤੀ ਐਂਡ ਵੈਲਕਮ ਟੂ ਮਾਈ ਸੋਲ ਬਲੌਗਸ। ਅੱਜ ਜਿਸ ਵਿਸ਼ੇ 'ਤੇ ਮੈਂ ਗੱਲ ਕਰ ਰਹੀ ਹਾਂ ਉਹ ਇਹ ਹੈ ਕਿ ਇਨਸਾਨ ਜ਼ਿੰਦਗੀ ਦੇ ਵਿੱਚ ਜਦੋਂ ਹਾਲਾਤਾਂ ਦੇ ਨਾਲ ਨਹੀਂ ਲੜ ਸਕਦਾ ਤਾਂ ਉਹ ਕਿੰਨਾ ਪਰੇਸ਼ਾਨ ਹੋ ਜਾਂਦਾ ਹੈ, ਕਿਉਂਕਿ ਚਾਹੇ ਉਹ ਰਿਲੇਸ਼ਨਸ਼ਿਪ ਹੈ, ਚਾਹੇ ਉਹ ਕੰਮ ਹੈ, ਚਾਹੇ ਉਹ ਕਰੀਅਰ ਹੈ। ਕਈ ਵਾਰ ਅਸੀਂ ਸੋਚਿਆ ਕੁਛ ਹੋਰ ਹੁੰਦਾ ਅਤੇ ਜ਼ਿੰਦਗੀ ਤੁਹਾਡੇ ਕੋਲੋਂ ਕੁਛ ਹੋਰ ਜਾਂਦੀ ਹੈ। ਅਤੇ ਜਦੋਂ ਜ਼ਿੰਦਗੀ ਆਪਣਾ ਪਲਾਨ ਤੁਹਾਨੂੰ ਦਿੰਦੀ ਹੈ ਨਾ, ਅਤੇ ਕਈ ਵਾਰ ਬਹੁਤ ਸਾਰੇ ਕੰਮ ਅਸੀਂ ਮਿਹਨਤ ਕਰਨੇ ਆ ਅਤੇ ਪੂਰੇ ਨਹੀਂ ਹੁੰਦੇ, ਅਤੇ ਕੁਝ ਕੰਮਾਂ ਦੇ ਵਿੱਚ ਅਸੀਂ ਬਿਲਕੁਲ ਮਿਹਨਤ ਨਹੀਂ ਕਰਦੇ, ਐਫਰਟਲੈਸ ਕਰਨੇ ਆ ਅਤੇ ਉਹ ਕਾਮਯਾਬ ਹੋ ਜਾਂਦੇ ਨੇ। ਉਹਨੂੰ ਕਹਿੰਦੇ ਨੇ ਕਿ ਇਹ ਯੂਨੀਵਰਸ ਦੀ ਕੁਦਰਤ ਦੀ ਮਰਜ਼ੀ ਸੀ ਔਰ ਹਰ ਇਨਸਾਨ ਉਸ ਦੇ ਅੱਗੇ ਸਿਰ ਝੁਕਾ ਦਿੰਦਾ ਹੈ। ਪਰ ਵਾਕਈ ਅਸੀਂ ਸਾਰੇ ਕੁਦਰਤ ਦੀ ਮਰਜ਼ੀ ਦੇ ਅੱਗੇ ਸਿਰ ਝੁਕਾ ਦਿੰਦੇ ਹਾਂ ਜਾਂ ਫਿਰ ਆਪਣੇ ਆਪ ਨੂੰ ਪ੍ਰੂਵ ਕਰਨ ਦੇ ਲਈ ਲੜਦੇ ਰਹਿੰਦੇ ਹਾਂ। ਜੋ ਚੀਜ਼ ਤੁਹਾਡੇ ਲਈ ਬਣੀ ਹੈ ਉਹ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਂਦੀ ਹੈ, ਔਰ ਜੋ ਚੀਜ਼ ਤੁਹਾਡੇ ਲਈ ਨਹੀਂ ਬਣੀ ਉਹ ਫਿਰ ਤੁਹਾਡੇ ਲੱਕ 'ਚ ਆਇਆ ਵੀ ਤੁਹਾਡੀ ਨਹੀਂ ਹੋ ਸਕਦੀ। ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ। ਮੈਨੂੰ ਲੱਗਦਾ ਦੁਨੀਆ ਦੇ ਹਰ ਗ੍ਰੰਥ ਦੇ ਵਿੱਚ ਲਿਖਿਆ ਹੁੰਦਾ ਕਿ ਹੁਕਮ ਦੇ ਅਨੁਸਾਰ ਹਰ ਚੀਜ਼ ਹੁੰਦੀ ਹੈ। ਇਨਸਾਨ ਦਾ ਕੰਮ ਹੈ ਕਰਮ ਕਰਨਾ, ਮਿਹਨਤ ਕਰਨੀ, ਪਰ ਉਹਨਾਂ ਚੀਜ਼ਾਂ ਨੂੰ ਆਪਣੇ ਦਿਲ ਅਤੇ ਦਿਮਾਗ 'ਤੇ ਹਾਵੀ ਨਾ ਕਰੋ। ਮੈਂ ਬਹੁਤ ਸਾਰੇ ਲੋਕ ਮੈਨੂੰ ਫੀਡਬੈਕ ਦਿੰਦੇ ਨੇ ਕਿ ਸਾਡਾ ਰਿਲੇਸ਼ਨਸ਼ਿਪ ਬੜਾ ਖਰਾਬ ਚੱਲ ਰਿਹਾ, ਔਰ ਉਹਨਾਂ ਖਰਾਬ ਰਿਲੇਸ਼ਨਸ਼ਿਪ ਦੇ ਵਿੱਚ ਹਾਲਾਤਾਂ ਦੇ ਵਿੱਚ ਉਹ ਉਹਦੇ ਨਾਲ ਨਾਲ ਜਿਉਂਦੇ ਰਹਿੰਦੇ ਨੇ। 5 ਸਾਲ 10 ਸਾਲ ਬੀਤ ਜਾਂਦੇ ਨੇ ਔਰ ਐਂਡ ਆਫ ਦਾ ਡੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਕਾਰੋਬਾਰ ਕਈ ਵਾਰ ਸਾਡੀ ਮਰਜ਼ੀ ਦੇ ਅਨੁਸਾਰ ਜਿੱਦਾਂ ਅਸੀਂ ਸੋਚਿਆ ਹੁੰਦਾ ਉਹ ਨਹੀਂ ਪੂਰਾ ਹੁੰਦਾ, ਪਰ ਹੌਲੀ ਹੌਲੀ ਤੁਸੀਂ 2-5 ਸਾਲ ਬਿਸਤਰ 'ਤੇ ਲੰਮੇ ਪੈਣ ਤੋਂ ਬਾਅਦ ਫਿਰ ਦੁਬਾਰਾ ਇਕੱਠੇ ਕਰਦੇ ਹੋ, ਪਰ ਉਹ 2-5 ਸਾਲ ਤੁਹਾਡੀ ਜ਼ਿੰਦਗੀ 'ਚ ਵਾਪਸ ਨਹੀਂ ਆ ਸਕਦੇ। ਇਸ ਕਰਕੇ ਜੋ ਕੁਛ ਨਹੀਂ ਹੋ ਰਿਹਾ, ਜਿਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ ਦੇ ਵਿੱਚ, ਜੋ ਤੁਹਾਡੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਤੁਹਾਡੇ ਹੱਕ 'ਚ ਨਹੀਂ ਖੜਾ, ਉਸ ਦੇ ਅੱਗੇ ਸਰੈਂਡਰ ਕਰ ਦੇਣਾ ਚਾਹੀਦਾ ਔਰ ਕੁਦਰਤ ਦੇ ਪਲਾਨ ਦੇ ਅਨੁਸਾਰ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰੋ। ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦੀ ਹਾਂ ਕਿ ਜਦੋਂ ਤੁਸੀਂ ਕੁਦਰਤ ਦੇ ਅੱਗੇ ਸਮਰਪਣ ਕਰ ਦਿੰਦੇ ਹੋ ਨਾ, ਤਾਂ ਫਿਰ ਕੁਦਰਤ ਅਤੇ ਪਰਮਾਤਮਾ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ, ਔਰ ਉਸ ਦਿਨ ਤੋਂ ਬਾਅਦ ਤੁਹਾਡੇ ਹਾਲਾਤ ਬਦਲਣੇ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਹੋ ਸਕਦਾ ਕਿ ਉਹ ਰਸਤਾ ਤੁਹਾਡੀ ਮੰਜ਼ਿਲ ਹੋਵੇ ਹੀ ਨਾ, ਅਤੇ ਜਿਹੜਾ ਦੂਸਰਾ ਰਸਤਾ ਪਰਮਾਤਮਾ ਨੇ ਤੁਹਾਡੇ ਲਈ ਚੁਣਿਆ ਹੋਵੇ, ਤੁਹਾਡੀ ਮੰਜ਼ਿਲ ਅਤੇ ਲੋਕਾਂ 'ਚ ਇਤਿਹਾਸ ਦੀ ਗਵਾਹੀ ਤੁਹਾਡਾ ਉਹੀ ਰਸਤਾ ਦੇਵੇ। ਸਿਰਫ ਜ਼ਰੂਰਤ ਹੈ ਇੱਕ ਨਵੀਂ ਦੁਬਾਰਾ ਤੋਂ ਐਨਰਜੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਰੀਸਟਾਰਟ ਅਤੇ ਦੁਬਾਰਾ ਤੋਂ ਜਿਉਣ ਦੀ। ਖੂਬਸੂਰਤ ਜ਼ਿੰਦਗੀ ਦਾ ਆਨੰਦ ਮਾਣੋ ਔਰ ਸੈਲੀਬ੍ਰੇਟ ਕਰੋ ਜ਼ਿੰਦਗੀ ਨੂੰ, ਸੈਲੀਬ੍ਰੇਟ ਲਾਈਫ।